ਟਹਿਰੀ ਪੁਰੇਵਾਲ ਜਿੱਥੇ ਮੇਰੀ ਆਵਾਜ਼ ਸੁਣਦੇ ਹੋਣ ਉਹ ਇੱਕ ਕਿਰਪਾ ਕਰਕੇ ਮੁੱਖ ਮੰਚ ਤੇ ਆ ਜਾਣ ਟਹਿਰੀ ਪੁਰੇਵਾਲ। ਨਾਲ ਹੀ ਸਾਡੇ ਏਸ਼ੀਅਨ ਫੂਡ ਤੋਂ ਮੇਜਰ ਸਿੰਘ ਜੀ, ਜਗਦੀਸ਼ ਜੀ, ਨਾਲ ਹੀ ਸਾਡੇ ਵੀਰ ਬਲਵੀਰ ਸਿੰਘ ਜੀ ਰਾਏ ਲਾਓ ਆਫਿਸ ਤੋਂ, ਹਰਮਨ ਟਰੈਕਿੰਗ ਵਾਲੇ ਸਾਡੇ ਜਸਵਿੰਦਰ ਸ਼ੋਕਰ ਜੀ। ਸੋ ਸਾਰਿਆਂ ਵੀਰਾਂ ਦਾ ਧੰਨਵਾਦ ਹੈ। ਲਓ ਕਿ ਗੁੰਦਵਾਂ ਸਰੀਰ ਪਹਿਲਾਂ ਮੋਰ ਵਾਂਗੂ ਪਾਉਂਦਾ ਏ, ਵੱਡਿਆਂ ਦੇ ਸੁਖੀ ਦੇ ਤਾਂ ਜੱਗ ਗੀਤ ਗਾਉਂਦਾ ਏ। ਇਹ ਮੇਰੇ ਵੀਰੋ ਕਹਿੰਦੇ ਜ਼ਿਲ੍ਹਾ ਕਪੂਰਥਲਾ ਦੇ ਜੈਮਲ ਸਿੰਘ ਪੱਡਾ ਦਾ ਪੇਂਡੂ ਨੌਜਵਾਨ ਸੁਖੀ ਇਸ ਵੇਲੇ ਕਬੱਡੀ ਪਾ ਰਿਹਾ। ਆਓ ਵੇਖੋ ਸਾਹਮਣੇ ਵੀ ਸਵਾਦ ਆ ਜੂਗਾ ਮੇਰੇ ਪੰਜਾਬੀ ਵੀਰੋ। ਇਸ ਵੇਲੇ ਕਹਿੰਦੇ ਨੇ ਲੈ ਵੀ ਅਮਨ ਦੇਖ ਸਰਾਂ ਵਾਲਿਆ, ਆਓ ਵੇਖ ਸਾਹਮਣੇ ਕੌਣ ਜਫਾ ਲਾਉਂਦਾ ਮੇਰੇ ਵੀਰੋ। ਇਹ ਹੈ ਥਾਣੇਦਾਰ ਦਾ ਪੁੱਤਰ ਮਾਂ ਪ੍ਰਕਾਸ਼ ਕੌਰ ਦਾ ਲਾਡਲਾ ਹੈ, ਸੰਨ 2001 ਦਾ ਬੈਸਟ ਸਟੋਪਰ ਰਿਹਾ ਸਿੱਧਵਾਂ ਵਾਲਾ ਵੀਰਾਂ, ਪਹਿਲਾਂ ਜਫਾ ਲਾਉਂਦਾ ਹੋਇਆ ਬਲਕੀਤ ਸਿੰਘ ਜੀ ਦਿਓਲ ਸਾਹਿਬ ਤੁਹਾਨੂੰ ਯਾਦ ਹੋਣੇ ਪੱਲ। ਕਹਿੰਦੇ 1995 ਚ ਪਹਿਲੀ ਵਾਰ ਪਾਕਿਸਤਾਨ ਦੀ ਟੀਮ, ਸੰਨ 2000 ਵਾਰ ਦੂਜੀ ਵਾਰ, ਅੱਜ ਤੀਜੀ ਵਾਰ ਆਈ ਆ ਟੀਮ ਮੇਰੇ ਪੰਜਾਬੀ ਵੀਰੋ। ਲਓ ਵੇਖੋ ਸਾਹਮਣੇ ਵੱਖਰਾ ਨਜ਼ਾਰਾ ਇਸ ਵੇਲੇ ਪੰਜਾਬੀਆਂ ਦੀ, ਪੰਜਾਬੀਆਂ ਨਾਲ। ਕਹਿੰਦੇ ਚੜ੍ਹਦੇ ਪੰਜਾਬ ਦੀ, ਚੜ੍ਹਦੇ ਪੰਜਾਬ ਨਾਲ ਟੱਕਰ ਹੈ ਮੇਰੇ ਪੰਜਾਬੀ ਵੀਰੋ। ਵੱਜਦੀਆਂ ਤੌਲਾ ਉੱਖੜਦੇ ਪੈਰ, ਜੱਸਾ ਸਿੱਧਵਾਂ ਵਾਲਾ, ਇਹ ਆ ਜੱਸਾ ਸਿੱਧਵਾਂ ਵਾਲਾ, ਦੁਨੀਆਂ ਦਾ ਹਥੀਲਾ ਫੁਰਤੀਲਾ ਖਿਡਾਰੀ। ਲੈ ਵੀ ਮੁਖਤਿਆਰ ਸਿਆ, ਕਹਿੰਦੇ ਤੇਰਾ ਪਿੰਡ ਕੰਡੀਲਾ ਮਸ਼ਹੂਰ ਹੋ ਗਿਆ, ਧਾਰੋ ਵਾਲੀ ਸੱਭੇ ਨੇ ਮਸ਼ਹੂਰ ਕਰ ਦਿੱਤੀ ਹੈ, ਪਟੋਰੀ ਐਸ ਗੱਭਰੂ ਨੇ ਮਸ਼ਹੂਰ ਕਰ ਦਿੱਤੀ ਹੈ। ਇਹ ਗੁਰਦਾਸਪੁਰੀਆ ਮਿੰਦੂ ਪਟੋਰੀ ਵਾਲਾ ਇਸ ਵੇਲੇ ਸਾਹਮਣੇ ਕਬੱਡੀ ਪਾਉਂਦਾ ਹੋਇਆ, ਵੱਖਰਾ ਨਜ਼ਾਰਾ ਇਸ ਖੇਡ ਦਾ, ਲੱਖ ਲੱਖ ਦੀ ਕਬੱਡੀ, ਲੱਖ ਲੱਖ ਦਾ ਜੱਫਾ, ਹੋ ਗਿਆ ਮੁਕਾਬਲਾ। ਆਓ ਵੇਖੋ ਸਾਹਮਣੇ, ਔਰ ਸਾਡਾ ਵੀਰ ਡਬਲ ਟੱਚ ਦਾ ਇਸ਼ਾਰਾ ਕਰਦਾ ਹੋਇਆ ਵੀ ਇਹ ਪੁਆਇੰਟ ਇਸ ਨੌਜਵਾਨ ਗੱਭਰੂ ਦਾ, ਔਰ ਇਹ ਪੁਆਇੰਟ ਮੇਰੇ ਵੀਰੋ ਇਸ ਗੱਭਰੂ ਮਿੰਦੂ ਗੁਰਦਾਸਪੁਰੀਏ ਦਾ। ਅਗਲੀ ਕਬੱਡੀ ਪਾਉਣ ਨੂੰ ਮੇਰੇ ਵੀਰੋ ਪਹਿਲੀ ਵਾਰ 2001 ਵਿੱਚ ਆਇਆ ਇਹ ਨੌਜਵਾਨ, ਔਰ ਫਿਰ 2006 ਦੇ ਵਿੱਚ ਇਸ ਨੌਜਵਾਨ ਨੇ ਦੋ ਵਾਰ ਇਹ ਕੈਨੇਡਾ ਕੱਪ ਦਾ ਖਿਤਾਬ ਜਿੱਤਿਆ। ਲੈ ਵੇਖੋ ਸਾਹਮਣੇ, ਲੈ ਵੀ ਪੌਵੀ ਵੇਖ ਮਿੱਤਰਾ, ਕਹਿੰਦੇ ਨੇ ਵੀ ਮੰਗਾ ਵੀਰ ਸਾਡਾ ਪ੍ਰਸਿੱਧ ਰੈਫਰੀ ਤੇ ਯੂਥ ਕਾਰ ਐਂਡ ਟਰੱਕ ਡਰਾਈਵਿੰਗ ਅਕੈਡਮੀ ਵਾਲੇ ਨਰੂੜ ਪਾਸਾ ਦੇ ਉਸ ਕਹਿੰਦੇ ਬਿਜਲੀ ਬੋਰਡ ਦੇ ਅਫਸਰ ਦੇ ਪੁੱਤਰ ਬੌਬੀ ਸਾਹਿਬ ਆਖਦੇ ਆ ਵੀ ਜਦੋਂ ਵੀ ਇੰਡੀਆ ਦਾ ਜਾਫੀ ਜੱਫਾ ਲੱਭੂਗਾ 50-50 ਦਾ ਹੋਣਗੇ। ਕਹਿੰਦੇ ਸੁਖਚੈਨ ਨਾਗਰਾ ਪਿੰਡ ਹੈ ਇਸ ਨੌਜਵਾਨ ਦਾ, ਨਾਗਰਾ ਪਰਿਵਾਰ ਦਾ ਨਾਮ ਅੱਜ ਕੈਨੇਡਾ ਕੱਪ ਵਿੱਚ ਐਵੇਂ ਨਹੀਂ ਬੋਲਿਆ ਜਾਂਦਾ ਮੇਰੇ ਵੀਰੋ। ਦੇਖੋ ਸਾਹਮਣੇ, ਕਹਿੰਦੇ ਗੁਰੂ ਗੋਬਿੰਦ ਸਿੰਘ ਕਬੱਡੀ ਅਕੈਡਮੀ ਕੋਲੀ ਥਾਨ ਸਿੰਘ ਲਈ ਇਹ ਨੌਜਵਾਨ ਖੇਡਦਾ। ਲੈ ਵੀ ਹਿੰਮਤ ਉਪਰੇ ਵਾਲੇ ਗੱਗੂ, ਲੈ ਵੀ ਸ਼ੌਕਤ, ਵੇਖ ਸਾਹਮਣੇ ਕੌਣ ਕਬੱਡੀ ਪਾਉਣ ਜਾ ਰਿਹਾ ਹੈ। ਮੋਹਨ ਸਿੰਘ ਜੀ ਕੰਦੋਲਾ ਸਾਹਿਬ ਮੇਰੇ ਵੱਡੇ ਵੀਰ, ਉਹ ਵੀ ਸਾਡੇ ਵਿਚਕਾਰ ਵਿਸ਼ੇਸ਼ ਤੌਰ 'ਤੇ ਆਪੂ ਵਾਲੇ ਪੁੱਜ ਕੇ ਇੰਗਲੈਂਡ ਦੇ ਵਿੱਚ ਬਹੁਤ ਵੱਡੀ ਦੇਣ ਹੈ, ਚਾਹੇ ਕਹਿੰਦੇ ਹੁੰਦੇ ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਕਬੱਡੀ ਚੈਂਪੀਅਨਸ਼ਿਪ ਹੈ। ਤਾਂ ਵੇਖੋ ਸਾਹਮਣੇ ਕਿੰਦੇ ਦੀ ਪਾਈ ਹੋਈ ਕਬੱਡੀ, ਕਹਿੰਦੇ ਕਿੰਦਾ ਪੂਰਾ ਕੈਨੇਡੀਅਨ ਬਣ ਗਿਆ ਹੈ, ਔਰ ਜਿੱਥੋਂ ਦਾ ਨਾਣੂ ਮੇਰੇ ਪੰਜਾਬੀ ਵੀਰੋ ਉੱਥੋਂ ਦੀ ਧਰਤੀ ਦਾ ਕੁਲਵਿੰਦਰ ਸਿੰਘ ਇਸ ਵੇਲੇ ਕਬੱਡੀ ਪਾਉਂਦਾ ਹੋਇਆ। ਆਓ ਵੇਖੋ ਸਾਹਮਣੇ, ਵਾਹ ਵੀ ਵਾਹ, ਉਹ ਬਲਿਹਾਰੇ ਜਾਵਾਂ ਇਸ ਵੇਲੇ ਇੱਕ ਇੱਕ ਜੱਫਾ, ਇੱਕ ਇੱਕ ਲੱਖ ਲੱਖ ਦਾ ਜੱਫਾ, ਲੱਖ ਲੱਖ ਦਾ ਜੱਫਾ ਮੇਰੇ ਪੰਜਾਬੀ ਵੀਰੋ ਇਸ ਵੇਲੇ ਇਸ ਗੱਭਰੂ ਦਾ। ਅਗਲੀ ਕਬੱਡੀ ਪਾਉਣ ਲਈ ਮੇਰੇ ਵੀਰੋ ਕਹਿੰਦੇ ਹੁੰਦੇ ਵੀ ਭਿੱਖੀ ਵਿੰਡ, ਚਾਟੀ ਵਿੰਡ, ਮੀਆਂ ਵਿੰਡ ਇਹ ਪਿੰਡ ਨੇ, ਜਿਵੇਂ ਮਾਲਵੇ ਦੀ ਧਰਤੀ ਦੇ ਵਿੱਚ ਸਿੰਘਾਂ ਵਾਲਾ ਹੈ, ਨਿਹਾਲ ਸਿੰਘ ਵਾਲਾ ਹੈ, ਇਹ ਪਿੰਡ ਮੇਰੇ ਵੀ ਬਾਲਾ ਕਰਕੇ ਨੇ। ਇਹ ਹੈ ਕਹਿੰਦੇ ਪ੍ਰਸਿੱਧ ਕਬੱਡੀ ਖਿਡਾਰੀ ਕਾਲੇ ਮੀਆਂ ਮੀਡੀ ਦਾ ਵੀਰ, ਜੋ ਇਟਲੀ ਦੇ ਵਿੱਚ ਕਬੱਡੀ ਵਿੱਚ ਧੁੰਮਾ ਪਾ ਰਿਹਾ। ਬੱਗੇ ਵਾਲੇ ਮੰਗੀ ਦਾ ਕਹਿੰਦੇ ਹੁੰਦੇ ਵੀ ਨਾਂ ਚੱਲਦਾ ਹੈ ਕਿ ਮਿੱਤਰਾਂ ਦਾ ਨਾਂ ਚੱਲਦਾ ਜਦੋਂ ਵੇਖ ਲਈ ਰੇਡ ਪਾ ਕੇ, ਮਿੱਤਰਾਂ ਦਾ ਨਾਂ ਚੱਲਦਾ ਪਰ ਇੰਡੀਆ ਦੀ ਟੀਮ ਲਈ ਕਾਲਾ, ਬਹੁਤ ਸੋਹਣਾ ਪੜ੍ਹ ਲਿਖੇ ਵੱਸ ਜਾਂਦਾ ਹੋਇਆ। ਲੈ ਵੀ ਸਾਡੇ ਸੁਖੀ ਗੋਸਲ, ਲੈ ਵੀ ਨੌਜਵਾਨ ਹੈ ਕਾਰਖਾ ਨੌਜਵਾਨਾਂ ਗੱਭਰੂਆ ਬਿੰਦੀ ਗੋਸਲ, ਕਾਰਖਾ ਮਾਮਿਆਂ ਨੂੰ ਵੈਨਕੋਵਰ ਦੇ ਵਿੱਚ ਫੋਨ ਵੀ ਇਸ ਵੇਲੇ ਇੰਡੀਆ ਦੀ ਟੀਮ ਦੇ ਚਾਰ ਜਾਫੀਆਂ ਪਰ ਹਮਲਾ ਬੋਲਿਆ ਹੋਇਆ ਕੈਨੇਡਾ ਈਸਟ ਦੀ ਤਰਫੋਂ ਇਸ ਵੇਲੇ ਜੱਸੇ ਨੇ। ਆਓ ਵੇਖੋ ਸਾਹਮਣੇ ਬਾਬਾ ਜੀ ਹਰਪ੍ਰੀਤ ਬਾਬਾ ਜੀ, ਮੁੜ ਕੇ ਵੇਖੋ ਸਾਹਮਣੇ ਕਬੱਡੀ 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 ਕਬੱਡੀ
ਕੇਵਲ ਡੈਨ ਥੀਲੀ ਇਮੀਗ੍ਰੇਸ਼ਨ ਮਿਨਿਸਟਰ ਥੋੜੇ ਸਮੇਂ ਵਿੱਚ ਆ ਰਹੇ, ਉਹਨਾਂ ਦੇ ਨਾਲ ਕਾਫੀ ਮੈਂਬਰਾਂ ਨੇ। ਸੋ ਇੱਕ